ਸਤਿ ਸ਼੍ਰੀ ਅਕਾਲ, ਮੈਂ ਚਰਨਜੀਤ ਕੌਰ ਅਤੇ ਤੁਸੀਂ ਦੇਖ ਰਹੇ ਹੋ ABP ਸਾਂਝਾ ਅਤੇ ਨਜ਼ਰ ਪਾਉਂਦੇ ਹਾਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਅਤੇ ਸ਼ੁਰੂਆਤ ਸਿਆਸਤ ਤੋਂ ਕਰਾਂਗੇ। ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ। ਹਾਲਾਂਕਿ ਇੱਧਰ ਸਿਆਸੀ ਵਿਰੋਧੀ ਉਹਨਾਂ 'ਤੇ ਤੰਜ ਵੀ ਖੂਬ ਕੱਸ ਰਹੇ ਨੇ, ਪਰ ਲਗਾਤਾਰ ਇਹ ਯਾਤਰਾ ਚੱਲ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਵੀ ਸਵਾਲ ਖੜ੍ਹੇ ਕੀਤੇ ਸਨ, ਉਹਨਾਂ ਨੇ ਇੱਕ ਟਵੀਟ ਕੀਤਾ ਅਤੇ ਅਕਾਲੀ ਦਲ 'ਤੇ ਸਵਾਲ ਖੜ੍ਹੇ ਕੀਤੇ ਕਿ ਅਕਾਲੀ ਦਲ ਅਸਲੀ ਅਕਾਲੀ ਦਲ ਹੈ, ਇਸ ਦਾ ਦਾਅਵਾ ਕਿਵੇਂ ਕਰੇ ਜਦੋਂ ਪੰਥਕ ਅਤੇ ਕਿਸਾਨੀ ਮੁੱਦਿਆਂ ਤੋਂ ਤਾਂ ਉਹ ਬੇਮੁੱਖ ਹੋ ਰਹੇ ਨੇ। ਹਾਲਾਂਕਿ ਅਕਾਲੀ ਦਲ ਦਾ ਦਾਅਵਾ ਹੈ ਕਿ ਉਹ ਪੰਜਾਬ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ। ਬੇਸਿਕਲੀ ਕੀ ਆ, ਆਹ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਅਤੇ ਹੁਣ ਆ ਗਏ ਆ, ਇਹਨਾਂ ਨੇ ਇਕੱਲੇ ਝੂਠ ਬੋਲੇ ਅਤੇ ਸਰਕਾਰ ਬਣਾਈ। ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ, ਰਾਜ ਕਰਨਾ, ਸੇਵਾ ਕਰਨਾ ਨਹੀਂ। ਸਾਡੇ ਦੇਸ਼ 'ਚ ਹਰ ਘੰਟੇ 'ਚ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਸਭ ਤੋਂ ਵੱਧ ਕਰਜ਼ਾਈ ਪੰਜਾਬ ਦੇ ਕਿਸਾਨ ਹੈਗੇ। ਸੰਸਦ ਦੇ ਅੰਦਰ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ, ਹੜ੍ਹਾਂ ਦਾ ਮਸਲਾ ਚੁੱਕਿਆ, ਕੇਂਦਰ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ 'ਚ ਹੜ੍ਹ ਆਏ ਤਾਂ ਕਿਸਾਨਾਂ ਦੀ ਮਦਦ ਕਰਨ ਲਈ, ਕਿਸਾਨਾਂ ਦੀ ਬਾਂਹ ਫੜਨ ਦੇ ਲਈ ਕੋਈ ਵੀ ਨਹੀਂ ਪਹੁੰਚਿਆ। 60% ਦੇਸ਼ ਕਿਸਾਨੀ ਦਾ ਹੈਗਾ, ਵਾਅਦਾ ਕੀਤਾ ਸੀ 2015 'ਚ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਊਗਾ। NSO ਦਾ ਡੇਟਾ ਕਹਿੰਦਾ ਹੈ ਕਿ ਜਿਹੜਾ ਕਿਸਾਨ ਦਾ ਆਮਦਨ 8,000 ਰੁਪਏ 2015-16 'ਚ ਸੀ, 18-19 ਤਾਈਂ ਉਹ ਇਕੱਲੇ 10,000 ਹੋਈ, ਉਹਦੇ ਬਾਅਦ ਤਾਂ ਡੇਟਾ ਹੀ ਨਹੀਂ ਦਿੱਤਾ। ਅਤੇ ਜੇ 15 ਤੋਂ ਲੈ ਕੇ 19 ਤਾਂ ਇਕੱਲੇ 2,000 ਦਾ ਹੋਇਆ ਤਾਂ ਦੁੱਗਣੀ ਕਿਹਦੀ ਹੋਈ ਹੈ? ਇਹ ਦੱਸਣ ਦੀ ਲੋੜ ਨਹੀਂ ਕਿ ਕੀ ਕੁਛ ਦਿੱਤਾ, ਇਹ ਦੱਸੋ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਉਹ ਡਬਲ ਕਿਉਂ ਨਹੀਂ ਹੋਇਆ? ਕਿਉਂਕਿ ਇਸ NSO ਦਾ ਡੇਟਾ ਇਹ ਵੀ ਦੱਸਦਾ ਹੈ ਕਿ 50% ਕਿਸਾਨ ਪਰਿਵਾਰ ਅੱਜ ਕਰਜ਼ਾਈ ਹੋ ਗਏ ਨੇ ਅਤੇ 5 ਸਾਲਾਂ 'ਚ ਇਹ ਕਰਜ਼ਾ 58% ਵੱਧ ਗਿਆ ਦੇਸ਼ ਦੇ ਕਿਸਾਨਾਂ ਦੇ ਉੱਤੇ। ਅਤੇ ਆਹ ਵੀ ਇੱਕ ਸੈਂਟਰ ਆਫ ਸਾਇੰਸ ਐਂਡ ਇਨਵਾਇਰਮੈਂਟ ਜਿਹੜਾ ਡੇਟਾ ਦੱਸਦੀ ਹੈ ਕਿ ਇਕੱਲੇ 2021 'ਚ 10,880 ਕਿਸਾਨਾਂ ਨੇ ਖੁਦਕੁਸ਼ੀ, ਮਤਲਬ ਸਾਡੇ ਦੇਸ਼ 'ਚ ਹਰ ਘੰਟੇ 'ਚ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਅਤੇ ਕਿਤੇ ਨਾ ਕਿਤੇ ਕਿਸਾਨੀ ਸੰਕਟ ਹੈਗੀ। ਮੈਂ ਆਪਣੇ ਸੂਬੇ ਪੰਜਾਬ ਜਿਹੜਾ ਕ੍ਰਿਸ਼ੀ ਦੇ ਸੂਬਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂ, ਅਤੇ ਸਭ ਤੋਂ ਵੱਧ ਕਰਜ਼ਾਈ ਪੰਜਾਬ ਦੇ ਕਿਸਾਨ ਹੈਗੇ। ਅੱਜ ਪੰਜਾਬ 'ਚ ਜਿੱਥੇ 80-85% ਸਭ ਸਮਾਲ ਅਤੇ ਮਾਜਨਾ 5 ਏਕੜ ਵਾਲੇ 3-3 ਲੱਖ ਦਾ ਕਰਜ਼ਾਈ ਹਰੇਕ ਕਿਸਾਨੀ ਘਰ ਦੇ ਉੱਤੇ ਹੈਗਾ। ਇਹ ਕਿਸਾਨੀ ਸੰਕਟ ਬਹੁਤ ਵੱਡਾ ਹੈਗਾ ਅਤੇ ਹਜ਼ਾਰਾਂ ਕਿਸਾਨ ਰੋਜ਼ ਪੰਜਾਬ 'ਚ ਖੁਦਕੁਸ਼ੀ ਕਰ ਰਹੇ ਨੇ। ਲੜਾਈ ਦਾ ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬਹਿਸ ਵੱਧ ਗਈ। ਹੋਰ ਗਰੁੱਪ ਇਕੱਠੇ ਹੋ ਗਏ ਦੋ ਐਂਡ ਜਦੋਂ ਉਹ ਪ੍ਰੋਵੋਕੇਸ਼ਨ ਦੇ ਵਿੱਚ ਸਡਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵੱਧ ਗਈ, ਜਿਹਦੇ ਵਿੱਚ ਇੱਕ ਲੜਕਾ ਹਰਮਨਜੀਤ ਸਿੰਘ ਸਨ ਔਫ ਜਸਵੀਰ ਸਿੰਘ, ਉਹਦੀ ਪਿੱਠ ਦੇ ਵਿੱਚ ਗੋਲੀ ਲੱਗੀ, ਹਰਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ। ਪਤੰਗ ਦਾ ਪੇਚ ਫਸਿਆ ਸੀ, ਫਿਰ ਅਜਿਹਾ ਕਲੇਸ਼ ਪਿਆ ਕਿ ਨੌਜਵਾਨ ਦੀ ਜਾਨ ਚਲੀ ਗਈ। ਦੋਵਾਂ ਧਿਰਾਂ ਦੇ ਦਰਮਿਆਨ ਪਤੰਗ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿਉਂਕਿ ਪੇਚ ਫਸ ਗਿਆ ਸੀ ਪਤੰਗ ਦਾ, ਪਤੰਗ ਕੱਟੀ ਗਈ, ਫਿਰ ਲੜਾਈ ਇੰਨੀ ਵਧੀ ਕਿ ਨੌਜਵਾਨ ਦੀ ਮੌਤ ਹੋ ਗਈ, ਗੋਲੀ ਲੱਗੀ ਹੈ। ਤਸਵੀਰਾਂ ਤੁਸੀਂ CCTV ਦੇਖ ਰਹੇ ਹੋ, ਦੋ ਧੜਿਆਂ ਦੇ ਦਰਮਿਆਨ ਖੂਬ ਲੜਾਈ ਹੋਈ ਅਤੇ ਇਸੇ ਦੌਰਾਨ ਗੋਲੀ ਚੱਲੀ ਅਤੇ ਗੋਲੀ ਇੱਕ ਨੌਜਵਾਨ ਦੀ ਪਿੱਠ 'ਚ ਲੱਗੀ, ਹਸਪਤਾਲ ਦੇ ਵਿੱਚ ਉਸਦੀ ਜਾਨ ਚਲੀ ਗਈ। ਅਤੇ ਹੁਣ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ CCTV ਤਸਵੀਰਾਂ ਉਸੇ ਵਾਰਦਾਤ ਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਖੜ੍ਹੇ ਹੋਏ ਨੇ, ਆਪਸ ਦੇ ਵਿੱਚ ਲੜ ਰਹੇ ਨੇ, ਮੋਟਰਸਾਈਕਲ 'ਤੇ ਸਵਾਰ ਨੇ, ਅਤੇ ਇਹੀ ਉਹ ਵੇਲਾ ਸੀ ਜਦੋਂ ਤਕਰਾਰ ਇੰਨੀ ਵੱਧ ਗਈ ਕਿ ਗੋਲੀ ਚੱਲ ਗਈ ਅਤੇ ਇੱਕ ਨੌਜਵਾਨ ਦੀ ਇਸ ਵਾਰਦਾਤ ਦੇ ਦੌਰਾਨ ਮੌਤ ਹੋ ਗਈ। ਸਾਫ਼ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਸਹਿਣਸ਼ੀਲਤਾ ਲੋਕਾਂ ਦੇ ਅੰਦਰ ਕਿੰਨੀ ਘੱਟ ਗਈ ਹੈ ਕਿ ਇੱਕ ਛੋਟੀ ਜਿਹੀ ਗੱਲ ਤੋਂ ਹੋਈ ਤਕਰਾਰ ਕਿਸੇ ਦੀ ਜਾਨ ਲੈ ਗਈ ਹੈ।
ਹੁਣ ਗੱਲ ਕਰਦੇ ਹਾਂ ਮਾਨਸਾ ਦੀ, ਜਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾਦਾਰ ਦੇ ਨਾਲ ਬਦਸਲੂਕੀ ਕਰਨ ਵਾਲੇ SHO ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਮਾਮਲਾ ਮਾਨਸਾ ਦੇ ਕਸਬਾ ਬੋਹਾ ਦੇ ਗੁਰਦੁਆਰਾ ਸਾਹਿਬ ਦਾ ਹੈ, ਜਿੱਥੇ ਸੇਵਾਦਾਰ ਦੇ ਨਾਲ ਕੁੱਟਮਾਰ ਅਤੇ ਗਾਲੀ ਗਲੋਚ ਦਾ ਮਾਮਲਾ ਹੈ ਅਤੇ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਈ ਹੈ। SHO ਜਗਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਦੇਰ ਸ਼ਾਮ ਦੀ ਇਹ ਘਟਨਾ ਹੈ। ਪਿੰਡ ਵਾਸੀਆਂ ਦੇ ਦੱਸੇ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਨਸ਼ੇ ਦੀ ਹਾਲਤ ਵਿੱਚ SHO ਕੰਧ ਟੱਪ ਕੇ ਗੁਰਦੁਆਰੇ ਦੇ ਵਿੱਚ ਦਾਖਲ ਹੋਏ ਸਨ। ਇਸ 'ਤੇ ਸਿਆਸਤ ਵੀ ਗਰਮਾਈ ਸੀ। ਸ਼੍ਰੋਮਣੀ ਕਮੇਟੀ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਨਿੰਦਾ ਕੀਤੀ। ਸੁਖਬੀਰ ਸਿੰਘ ਬਾਦਲ ਨੇ ਵੀ ਸਵਾਲ ਖੜ੍ਹੇ ਕੀਤੇ ਸਨ ਅਤੇ ਸਿੱਧੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੋਏ ਸਨ ਅਤੇ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਵੀ ਹੋ ਗਈ ਹੈ। SHO ਨੂੰ ਮੁਅੱਤਲ ਕਰ ਦਿੱਤਾ ਗਿਆ। DSP ਬੁਢਲਾਟਾ ਵੱਲੋਂ ਇੰਸਪੈਕਟਰ ਜਗਦੇਵ ਸਿੰਘ ਨੂੰ ਫੌਰੀ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਕੰਪਲੇਂਟ ਦੀ ਤੱਥਾਂ ਦੇ ਆਧਾਰ ਦੇ ਉੱਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ। ਜੇ ਕੋਈ ਨਵਾਂ ਤੱਥ ਵੀ ਸਾਹਮਣੇ ਆਇਆ ਤਾਂ ਉਸ ਨੂੰ ਵੀ ਵਿਚਾਰਿਆ ਜਾਏਗਾ। ਮੈਰਿਜ ਪੈਲਸ ਦੇ ਵਿੱਚ ਅਸਲਾ ਲੈ ਕੇ ਜਾਣ ਤੇ ਮਨਾਹੀ ਹੈ, ਪਰ ਬਾਵਜੂਦ ਇਸ ਦੇ ਲੁਧਿਆਣਾ ਦੇ ਵਿੱਚ ਇੱਕ ਮੈਰਿਜ ਪੈਲਸ ਦੇ ਅੰਦਰ ਅਸਲਾ ਲਿਜਾਂਦਾ ਗਿਆ, ਗੋਲੀ ਚੱਲੀ, ਨੌਜਵਾਨ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਕਾਰਵਾਈ ਦਾ ਦਮ ਭਰਿਆ ਜਾ ਰਿਹਾ। ਪਰ ਰੰਗ ਦੇ ਵਿੱਚ ਭੰਗ ਪਿਆ, ਬਾਵਜੂਦ ਇਸ ਦੇ ਕਿ ਸਖ਼ਤ ਨੇਮ ਨੇ, ਪਰ ਫਿਰ ਵੀ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਅਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਜੋ ਸਵਾਲ ਖੜ੍ਹੇ ਕਰਦੀਆਂ ਨੇ। ਚੱਲ ਗਈ ਯਾਰ, ਉਰੇ ਮੁੰਡੇ ਨੇ ਗੋਲੀ ਮਾਰੀ ਯਾਰ, ਦਿਲ ਤੇ ਗੋਲੀ ਲੱਗੀ ਆ। ਕੀ ਮਸਲਾ ਕੀ ਹੋਇਆ ਸੀ? ਮਸਲਾ ਨੱਚਦੇ ਸੀਗੇ ਵੀਰੇ ਯਾਰ, ਨੱਚਦੇ ਨੱਚਦੇ ਕਿਸੇ ਨੇ ਫਾਇਰ ਕੱਢੇ, 3 ਫਾਇਰ ਹੋਏ। ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ, ਖਹਿ ਕੇ ਨੰਗੀ ਆ ਨਾਲ ਦਿਲ ਦੇ, ਕੋਈ ਸਾਰਨਾ ਨਹੀਂ ਲੱਗਿਆ। ਵਿਆਹਾਂ ਦਾ ਸੀਜ਼ਨ ਹੈ, ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ ਪ੍ਰੋਮੀਨੈਂਟਲੀ ਡਿਸਪਲੇ ਕਰਨਗੇ ਵੀ ਹਥਿਆਰਾਂ ਦਾ ਬੈਨ ਹੈ, ਐਂਟਰੀ ਜਿਹੜੀ ਹੈਗੀ ਹੈ ਬੈਨ ਹੈਗੀ ਅੰਦਰ। DJ ਤੇ ਗੀਤ ਬਦਲਣ ਨੂੰ ਲੈ ਕੇ ਤਕਰਾਰ ਹੋਈ ਤੇ ਫਿਰ ਚੱਲੀਆਂ ਗੋਲੀਆਂ, 3 ਫਾਇਰ ਕੀਤੇ ਗਏ ਤੇ ਗੋਲੀ ਇੱਕ ਨੌਜਵਾਨ ਨੂੰ ਲੱਗੀ। ਜ਼ਖਮੀ ਦੀ ਪਛਾਣ ਗੁਰਸੇਵਕ ਸਿੰਘ ਵਿੱਕੀ ਦੇ ਰੂਪ ਦੇ ਵਿੱਚ ਹੋਈ ਹੈ। ਹਾਲਾਂਕਿ ਉਸ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਮਿਲ ਗਿਆ। ਥਾਣਾ ਦੁਗਰੀ ਦੀ ਪੁਲਿਸ ਨੇ ਇਸ ਮੌਕੇ ਤੇ ਜਾਂਚ ਪੜਤਾਲ ਕੀਤੀ, ਮੈਰਿਜ ਪੈਲਸ ਦੇ CCTV ਕੈਮਰੇ ਚੈੱਕ ਕੀਤੇ। ਪੁਲਿਸ ਨੇ ਵੀਡੀਓ ਦੇ ਆਧਾਰ ਤੇ 7 ਨੌਜਵਾਨਾਂ ਨੂੰ ਰਾਊਂਡ ਅਪ ਵੀ ਕੀਤਾ। ਲੁਧਿਆਣਾ ਦੇ ਪੱਖੋਵਾਲ ਰੋਡ ਤੇ ਐਲੀ ਗ੍ਰੀਨ ਮੈਰਿਜ ਪੈਲਸ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਦੋਂ ਇੱਕ ਨੌਜਵਾਨ ਜ਼ਖਮੀ ਹੋਇਆ। ਚੱਲ ਗਈ ਯਾਰ, ਉਰੇ ਮੁੰਡੇ ਨੇ ਗੋਲੀ ਮਾਰੀ ਯਾਰ। ਹਾਂਜੀ ਲੱਗੀ ਵੀਰੇ, ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ, ਜ਼ਖਮੀ ਆ। ਹਾਂਜੀ ਦਿਲ ਤੇ ਗੋਲੀ ਲੱਗੀ ਆ। ਕੀ ਮਸਲਾ ਕੀ ਹੋਇਆ ਸੀ? ਮਸਲਾ ਨੱਚਦੇ ਸੀਗੇ ਵੀਰੇ ਯਾਰ, ਨੱਚਦੇ ਨੱਚਦੇ ਕਿਸੇ ਨੇ ਫਾਇਰ ਕੱਢੇ, 3 ਫਾਇਰ ਹੋਏ ਨੇ ਜੀ। 3 ਫਾਇਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ, ਖਹਿ ਕੇ ਨੰਗੀ ਆ ਨਾਲ ਦਿਲ ਦੇ, ਕੋਈ ਸਾਰਨਾ ਨਹੀਂ ਲੱਗਿਆ। ਹਾਂ ਮੁੰਡੇ ਵਾਲੇ ਸੀਗੇ ਵੀਰੇ ਯਾਰ। ਝੜਪ ਵੀਰੇ ਹੋਣਗੇ 7-8 ਹੋਣਗੇ ਬਸ, ਇੰਨੇ ਕੀ ਹੋਣਗੇ। ਜਿਹਨੇ ਫਾਇਰ ਕੀਤੀ ਆ, ਡਰਿੰਕ ਕੀਤੀ ਆ, ਉਹਦੀ ਪੀਤੀ ਹੋਈ ਸੀ। ਠੀਕ ਹੈ, ਕਿੰਨੇ ਫਾਇਰ ਕੀਤੇ ਉਹਨੇ? 3 ਫਾਇਰ ਹੋਏ ਨੇ ਵੀਰੇ। ਮੈਰਿਜ ਪੈਲਸ 'ਚ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਐਕਸ਼ਨ ਮੋਡ 'ਚ ਹੈ। ਪੁਲਿਸ ਨੇ ਹਥਿਆਰ ਦਾ ਲਾਇਸੈਂਸ ਰੱਦ ਕਰਨ ਦੇ ਨਾਲ ਨਾਲ ਮੈਰਿਜ ਪੈਲਸ ਦੇ ਮਾਲਕਾਂ ਖਿਲਾਫ਼ ਵੀ ਸਖ਼ਤ ਐਕਸ਼ਨ ਦਾ ਦਮ ਭਰਿਆ। ਮੈਰਿਜ ਪੈਲਸ ਵਿੱਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਜਾਣ ਦੀ ਮਨਾਹੀ ਹੈ, ਇਸੇ ਲਈ ਮੈਰਿਜ ਪੈਲਸ ਦੇ ਮਾਲਕਾਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਨੇ ਅਤੇ ਜੇਕਰ ਫਿਰ ਵੀ ਕੋਈ ਅਜਿਹਾ ਕਰੇਗਾ ਤਾਂ ਸਖ਼ਤ ਕਾਰਵਾਈ ਹੋਏਗੀ। ਔਰ ਕਿਵੇਂ ਹੋਇਆ? ਦੇਖੋ ਜੀ, ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ PS ਦੁਗਰੀ ਦਾ ਏਰੀਆ ਹੈਗਾ, ਐਲੀ ਗ੍ਰੀਨ ਰਿਜ਼ੋਰਟ ਆ। ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ, ਇੱਕ ਬੰਦੇ ਲੱਗੀ, ਇੱਕ ਬੰਦਾ ਮਜਰੂਬ ਹੈਗਾ, ਸਟੇਟਸ ਆਊਟ ਆਫ ਡੇਂਜਰ ਹੈਗਾ ਉਹ। ਅਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਊਂਡ ਅਪ ਕਰ ਲਿਆ ਅਤੇ ਅਗਲੀ ਕਾਰਵਾਈ ਕਰਦੇ ਹਾਂ। ਸਰ ਕਿਹਾ ਜਾ ਰਿਹਾ 5-6 ਬੰਦੇ ਜਿਹੜੇ ਆ ਫੜੇ? ਰਾਊਂਡ ਅਪ ਕੀਤੇ ਗਏ? ਹਾਂਜੀ ਰਾਊਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ। ਅਸੀਂ ਮੁਲਾਜ਼ਾ ਵੀ ਕਰਾਵਾਂਗੇ, ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਅਤੇ ਅਦਰਵਾਈਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ। ਸਾਡਾ ਨਾਮ ਜੀ ਗੁਰਸੇਵਕ ਸਿੰਘ ਆ ਜੀ, ਪਿੰਡ ਛਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ। ਉਹ ਖਤਰੇ ਤੋਂ ਬਾਹਰ ਹੈ ਜੀ,
ਤੇ ਦੇਖਦੇ ਹਾਂ ਕਿ ਕਿਹੜੇ ਪਾਸੇ ਡੀਜੇ ਦੇ ਗਾਣੇ ਚਲਾਉਣ ਲੱਗ ਕੇ ਝੜਪ ਹੋਈ ਆ ਤੇ ਬਾਕੀ ਅਸਰਟਨ ਕਰਦੇ ਹਾਂ ਸਰ। ਕਿਤੇ ਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤੇ ਕੀ ਇਸ ਨੂੰ ਲੈ ਕੇ ਵੀ ਜਾਂਚ ਕਰਦਾ ਨਹੀਂ ਸਰ ਕਿ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਆ ਤਾਕੀਦ ਵੀ ਆ ਵਿਆਹਾਂ ਦਾ ਸੀਜ਼ਨ ਹੈ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ ਪ੍ਰੋਮੀਨੈਂਟਲੀ ਡਿਸਪਲੇ ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਹੈ ਬੈਨ ਹੈਗੀ ਅੰਦਰ ਲੈ ਕੇ ਆਉਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭਵਿੱਖ ਵਿੱਚ ਇੱਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਤੋਂ ਬਚਿਆ ਜਾ ਸਕੇ। ਅਤੇ ਹੁਣ ਜਾਂਦੇ ਜਾਂਦੇ ਗੱਲ ਕਰਦੇ ਹਾਂ ਮੌਸਮ ਦੀ, ਕਿਤੇ ਧੁੱਪ ਖਿੜੀ ਰਹੀ ਕਿਤੇ ਧੁੰਦ ਸੀ ਤਾਂ ਕਿਤੇ ਬਰਫ਼ਬਾਰੀ ਵੀ ਖੂਬ ਹੋਈ ਹੈ। ਵੈਸਟਰਨ ਡਿਸਟਰਬੈਂਸ ਦਾ ਅਸਰ ਹਾਲਾਂਕਿ ਖਤਮ ਹੋ ਗਿਆ ਪਰ ਬਾਵਜੂਦ ਇਸ ਦੇ ਕਈ ਕਈ ਥਾਵਾਂ 'ਤੇ ਮੌਸਮ ਵਿਗੜਦਾ ਹੋਇਆ ਨਜ਼ਰ ਆਇਆ। ਪਹਾੜੀ ਇਲਾਕਿਆਂ ਦੇ ਵਿੱਚ ਖੂਬ ਬਰਫ਼ਬਾਰੀ ਹੋਈ ਹੈ। ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਧੁੱਪ ਨਿਕਲੀ ਸੀ ਪਰ ਕੁਝ ਥਾਵਾਂ 'ਤੇ ਬੱਦਲ ਵੀ ਛਾਏ ਰਹੇ। ਇਸੇ ਨਾਲ ਮੈਨੂੰ ਦਿਓ ਇਜਾਜ਼ਤ। ਪ੍ਰਦੇਸ਼, ਦੁਨੀਆ ਅਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ ABP ਸਾਂਝਾ।